ਪੈਸਿਆਂ ਦੀ ਲੈਣ ਦੇਣ ਦੇ ਚੱਲਦੇ ਸ਼ਖਸ ਦੇ ਮਾਰੀਆਂ ਗੋਲੀਆਂ, ਸਰਪੰਚ ਤੇ ਲੱਗੇ ਗੋਲੀਆਂ ਚਲਾਉਣ ਦੇ ਇਲਜ਼ਾਮ। ਤਾਂ ਦੱਸ ਦਈਏ ਕਿ ਇੱਕ ਭੋਗ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਇੱਕ ਸ਼ਖਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਹਮਲਾਵਰ ਵੱਲੋਂ ਉਸਦੇ ਦੋਸਤ ਤੇ ਵੀ ਗੋਲੀਆਂ ਚਲਾਈਆਂ ਜਾਂਦੀਆਂ ਨੇ। ਤੇ ਇਹ ਇਲਜ਼ਾਮ ਇੱਕ ਸਰਪੰਚ ਤੇ ਲੱਗੇ ਨੇ ਜਿਸ ਦੇ ਨਾਲ ਪੈਸਿਆਂ ਦਾ ਵਿਵਾਦ ਚੱਲ ਰਿਹਾ ਸੀ। ਤਾਂ ਦੱਸ ਦਈਏ ਕਿ ਮਾਮਲਾ ਬਰਨਾਲਾ ਦੇ ਪਿੰਡ ਢਿਲਵਾਂ ਤੋਂ ਸਾਹਮਣੇ ਆਇਆ, ਜਿੱਥੇ ਘੋੜਿਆਂ ਦਾ ਕੰਮ ਕਰਨ ਵਾਲੇ ਦਾ ਇੱਕ ਸਰਪੰਚ ਦੇ ਨਾਲ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਤਾਂ ਇਸ ਦੌਰਾਨ ਭੋਗ ਸਮਾਗਮ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਵਾਪਸ ਪਰਤਣ ਸਮੇਂ ਉਸ ਤੇ ਹਮਲਾ ਕੀਤਾ ਜਾਂਦਾ ਹੈ, ਜਿਸ ਦੇ ਨਾਲ ਮੇਵਾ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਰਪੰਚ ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਨੇ। ਜ਼ਖਮੀ ਸ਼ਖਸ ਨੇ ਦੱਸਿਆ ਕਿ ਉਸਨੇ ਸਰਪੰਚ ਨੂੰ 1,00,000 ਰੁਪਏ ਉਧਾਰ ਦਿੱਤੇ ਸੀ ਤੇ ਹੁਣ ਜਦ ਵਾਪਸ ਕਰਨ ਦੀ ਵਾਰੀ ਆਈ ਤਾਂ ਉਹ ਇਸ ਗੱਲ ਤੋਂ ਮੁੱਕਰ ਰਿਹਾ ਹੈ। ਤੇ ਕਈ ਵਾਰ ਪਿੰਡ ਦੇ ਵਿੱਚ ਇਸ ਗੱਲ ਨੂੰ ਲੈ ਕੇ ਇਕੱਠ ਵੀ ਕੀਤਾ ਗਿਆ, ਪਰ ਉੱਥੇ ਵੀ ਉਸਨੇ ਕਈ ਵਾਰ ਆਪਣੀ ਰਿਵੋਲਵਰ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਤਾਂ ਹੁਣ ਜਦੋਂ ਭੋਗ ਸਮਾਗਮ ਦੇ ਵਿੱਚ ਮਿਲੇ ਤਾਂ ਵਾਪਸੀ ਦੇ ਵਿੱਚ ਆਉਂਦੇ ਸਮੇਂ ਉਸਨੇ ਰਸਤੇ ਦੇ ਵਿੱਚ ਰੋਕ ਕੇ ਉਸਦੇ ਪੱਟ ਦੇ ਵਿੱਚ ਗੋਲੀ ਮਾਰੀ ਤੇ ਫਿਰ ਉਸਦੇ ਦੋਸਤ ਤੇ ਵੀ ਇਸਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ। ਤਾਂ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਸ਼ਖਸ ਦੇ ਬਿਆਨਾਂ ਦੇ ਆਧਾਰ ਤੇ ਇਸ ਸੰਬੰਧੀ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਜੀ ਮੇਰਾ ਨਾਮ ਮੇਵਾ ਸਿੰਘ ਆ, ਮਾਮਲਾ ਕੀ ਹੋਇਆ ਪਿੰਡ ਢਿਲਵਾਂ। ਮੇਰਾ ਮਾਮਲਾ ਜੀ ਇੱਕ ਜਗਿੰਦਰ ਸਿੰਘ ਬਰਾੜਾ ਸਰਪੰਚ, ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ 3-4 ਘਰ ਪੱਟਤੇ ਜੀ। ਮੰਨ ਲਓ ਇੱਕ ਉਹਦੇ ਕੋਲ ਰਿਵਾਲਵਰ ਆ, ਉਹ ਸਾਰਾ ਦਿਨ ਬਸ ਕੱਢ ਲਿਆ ਜਰ ਡੱਬੇ 'ਚ ਪਾ ਲਿਆ, ਕੱਢ ਲਿਆ ਡੱਬੇ 'ਚ ਪਾ ਲਿਆ, ਇਹੀ ਕੁਛ ਕਰਦਾ ਫਿਰਦਾ ਰਹਿੰਦਾ ਜੀ। ਸਾਡੇ ਨਾਲ ਕੋਈ ਲੈਣ ਦੇਣ ਨੂੰ ਦੇ ਨਾਂ 'ਤੇ ਮੈਂ 3,00,000 ਰੁਪਇਆ ਲਿਆ ਸੀ ਉਹਦੇ ਪਿੱਛੇ। ਮੇਰੇ ਨਾਲ ਇਹਨੇ ਰੰਜਸ ਵਧਾਲੀ ਮੁੱਕਰ ਦਾ ਸੀ, ਮੈਂ ਇਹਨੂੰ ਕਿਹਾ ਵੀ ਤੂੰ ਸਹੁੰ ਪਾ ਦੇ, ਮੈਂ ਤੈਨੂੰ ਰੁਪਈਆ ਛੱਡੇ। ਉਹ ਮਸਲੇ 'ਚ ਸਾਡਾ ਇੱਕ ਦਿਨ ਇਕੱਠ ਵੀ ਹੋਇਆ ਸੀ, ਉੱਥੇ ਵੀ ਇਹਨੇ ਗੱਲ ਨਹੀਂ ਸੁਣੀ, ਰਿਵਾਲਵਰ ਕੱਢ ਲਿਆ ਇਕੱਠ ਦੇ ਵਿੱਚ। ਐਵੇਂ ਜੇ ਕਰੂ ਫਿਰ ਮੰਨ ਲਾ ਵੀ ਵਿੱਚ ਹੀ ਰਹਿ ਗਈ ਗੱਲ। ਅੱਜ ਅਸੀਂ ਭੋਗ 'ਤੇ ਗਏ ਹਾਂ ਜੀ, ਉੱਥੇ ਮੂਹਰੇ ਖੜਾ ਸੀ ਇਹਨੂੰ ਵੇਖ ਕੇ, ਜਦੋਂ ਇਹ ਘੁਰ ਘੁਰ ਜੀ ਲੱਗ ਗਿਆ ਕਰਨ, ਮੈਂ ਕਿਹਾ ਯਾਰ ਐਵੇਂ ਲੜਾਂਗੇ ਕਿਸੇ ਦਾ ਪ੍ਰੋਗਰਾਮ ਖਰਾਬ ਹੋਊ। ਅਸੀਂ ਮੱਥਾ ਟੇਕ ਕੇ ਨਾਲ ਦੀ ਨਾਲ ਵਾਪਸ ਹੋ ਗਏ। ਸਾਡੀ ਪੱਤੀ ਦੇ ਵਿੱਚ ਵੀ ਭੋਗ ਸੀਗਾ, ਉੱਥੇ ਮੇਰਾ ਸਾਰੇ ਗਵਾੜ ਖੜਾ, ਪੱਤੀ ਦੇ ਸਾਰੇ ਮੁੰਡੇ ਖੜੇ ਆ ਜੀ। ਉਹ ਵੀ ਸੜਕ ਦੇ ਉੱਤੇ ਹੀ ਘਰ ਆ, ਸੜਕ 'ਤੇ ਖੜੇ ਆ, ਇਹ ਆਇਆ ਸਕੂਟਰੀ ਲੈ ਕੇ, ਸਿੱਧੇ ਜਾ ਕੇ ਜੀ ਨੇ ਮੇਰੇ ਫਾਇਰ ਮਾਰਿਆ ਸਕੂਟਰੀ ਰੋਕ ਕੇ। ਕਿੱਥੇ ਵੱਜਿਆ? ਪੱਟ 'ਚ ਵੱਜਿਆ ਜੀ। ਕਿੰਨੇ ਫਾਇਰ ਕੀਤੇ ਇਹਨਾਂ ਨੇ ਤੁਹਾਡੇ? ਇਹਨਾਂ ਨੇ ਫਾਇਰ ਤਾਂ ਉਦੋਂ ਬਾਅਦ ਪੂੰ ਕਰੀ ਗਿਆ ਜੀ, ਮੁੰਡਿਆਂ ਦੇ ਮਗਰ ਪੈ ਗਿਆ ਹੋਰਾਂ ਦੇ ਮਗਰ ਲੈ ਕੇ 3-4 ਫਾਇਰ ਹੋਰ ਕੀਤੇ ਇਹਨਾਂ ਨੇ। ਮੇਰੇ ਪੱਟ 'ਚ ਪਹਿਲੀ ਗੋਲੀ ਮੇਰੇ ਪੱਟ 'ਚ ਵੱਜੀ ਆ, ਉਦੋਂ ਬਾਅਦ ਮੁੰਡਿਆਂ ਦੇ ਮਗਰ ਉਹੀ ਲੈ ਕੇ ਪੈ ਗਿਆ ਜੀ, ਉਹਨਾਂ ਨੂੰ ਭਜਾਇਆ ਮਗਰ ਪੈ ਰਿਹਾ। ਸਾਨੂੰ ਜੀ ਮੇਰੇ ਪੱਤੀ ਦੇ ਗਵਾੜ ਦੇ ਮੁੰਡੇ ਉਹ ਚੱਕ ਕੇ ਲਿਆਇਆ ਜੀ ਗੱਡੀ 'ਤੇ। ਮੰਗ ਕੀ ਕਰਦੇ ਜੀ? ਮੰਗ ਤਾਂ ਜੀ ਇੱਕ ਇਹਦਾ ਲਾਇਸੈਂਸ ਆ ਜਿਹੜਾ ਉਹ ਕੈਂਸਲ ਹੋਣਾ ਚਾਹੀਦਾ, ਨਹੀਂ ਇਹਨੇ ਕਿਸੇ ਦਾ ਹੋਰ ਨੁਕਸਾਨ ਕਰ ਦੇਣਾ, ਪਾਗਲ ਦਿਮਾਗ ਦਾ ਬੰਦਾ ਇਹ। ਅਸੀਂ ਸੰਬੰਧ ਤਾਂ ਜੀ ਕਾਂਗਰਸ ਪਾਰਟੀ ਨਾਲ ਹੀ ਰੱਖਦੇ ਹਾਂ, ਬਾਕੀ ਸਾਡਾ ਕਿਸੇ ਨਾਲ ਵੀ ਸੰਬੰਧ ਨਹੀਂ। ਇਸ ਤੱਕ ਠੀਕ ਆ, ਜਦੋਂ ਕੋਈ ਸਾਡਾ ਬਿਜ਼ਨਸ ਆ, ਵਪਾਰ ਹੈਗਾ ਸਾਡਾ, ਵੀ ਤੁਰਦੇ ਹਾਂ, ਕੰਮ ਧੰਦਾ ਤੱਕ ਮਤਲਬ ਆ ਸਾਡਾ, ਹੋਰ ਕਿਸੇ ਨਾਲ ਕੋਈ ਗੱਲਬਾਤ ਨਹੀਂ। ਇਹ ਜੀ ਜਗਿੰਦਰ ਸਰਪੰਚ ਆ ਜਿਹੜਾ ਬਰਾੜ, ਉਹ ਪਹਿਲਾਂ ਤਾਂ ਬਾਈ ਦੇ ਉਹਨੇ ਫਾਇਰ ਮਾਰਿਆ ਆ ਕੇ, ਉਦੋਂ ਬਾਅਦ ਜੀ ਸਾਡੇ ਮਗਰ ਪਿਆ ਪਿਸਟਲ ਲੈ ਕੇ ਉਹਨੇ ਫਾਇਰ ਕੀਤੇ ਆ ਗਏ, ਪਰ ਸਾਡੇ ਵੱਜਿਆ ਨਾ ਜੀ, ਸਾਡੇ ਮਗਰ ਪਿਆ ਰਿਹਾ ਜੀ, ਅਤੇ ਗਾਲਾਂ ਗੁਲਾਂ ਵੀ ਕੱਢੀਆਂ ਜੀ, ਅਤੇ ਕਹਿ ਕੇ ਗਿਆ ਵੀ ਮੈਂ ਜਿਹੜਾ ਕੁਛ ਮੇਰਾ ਕਰਨਾ ਕਰ ਲਿਓ, ਮੈਂ ਖੇਤ ਜਾਂਦਾ ਕਹਿ ਕੇ ਗਿਆ। ਉਹਨੇ ਚਲਾਏ ਹੋਣਗੇ 4-5 ਫਾਇਰ। ਮੰਗ ਜੀ ਉਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ, ਅਤੇ ਉਹਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਕਹਿਣਾ ਤਾਂ ਬਾਈ ਅਸੀਂ ਵੀ ਬਾਈ ਦੇ ਨਾਲ ਰਹਿੰਦੇ ਹਾਂ, ਸਾਡੀ ਮਿੱਤਰਤਾ ਗਈ ਇਹਦੇ ਨਾਲ, ਬਾਈ ਨਾਲ ਅਸੀਂ ਅੱਜ ਕਿਸੇ ਦੇ ਭੋਗ 'ਤੇ ਗਏ ਸੀ ਦੋਸਤ, ਉਹਦਾ ਵੀ ਦੋਸਤ ਹੀ ਹੈ ਉਹ, ਅਤੇ ਸਾਡਾ ਵੀ ਦੋਸਤ ਹੀ ਹੈਗਾ,
ਉੱਥੇ ਵੀ ਇਹਨੇ ਮੈਨੂੰ ਕਿਹਾ ਸਾਨੂੰ ਉੱਥੇ ਗਾਲ ਕੱਢੀ, ਉੱਥੇ ਵੀ ਨਾਲ ਬੰਦੇ ਬਹੁਤ ਦੇਖਦੇ ਸੀਗੇ ਉਹ ਚੀਜ਼ ਨੂੰ ਵੀ। ਇੱਥੇ ਆ ਕੇ ਆਉਣ ਸਾਰ ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ, ਆਉਣ ਸਾਰੇ ਸਿੱਧਾ ਫਾਇਰ ਕਰਤਾ ਸਾਨੂੰ। ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਇਕੱਲੇ ਇਕੱਲੇ ਨੂੰ ਉੱਥੇ ਸੱਥ ਦੇ ਵਿੱਚ ਵੀ ਸਰਿਆ ਗਾਲਾਂ ਕੱਢ ਕੇ, ਤੁਹਾਡਾ ਅਸੀਂ ਐਂ ਕਰ ਦਾਂਗੇ, ਵਾਹ ਕਰ ਦਾਂਗੇ, ਹੁਣ ਤੁਸੀਂ ਖੜੋ, ਤੁਸੀਂ ਵੱਡੇ ਵੈਲਿਊ ਆਏ ਬਹੁਤ ਜੋ। ਕੌਣ ਬੰਦਾ? ਬਰਾੜ ਆ, ਜਗਿੰਦਰ ਬਰਾੜ, ਫਿਲਮਾਂ ਦਾ। ਪਹਿਲਾਂ ਵੀ ਉਹਨੇ ਤਿੰਨ ਚਾਰ ਕਿਸੇ ਦੇ ਘਰ ਪੱਟ ਰੱਖੇ ਆ, ਝੂਠਾ ਰਿਵੋਲਵਰ ਉਹਦਾ ਕੈਂਸਲ ਹੋਣਾ ਚਾਹੀਦਾ, ਜਿਹੜਾ ਵੀ ਲਾਇਸੈਂਸ ਹੈਗਾ ਹੈਗਾ ਉਹਦਾ। ਉਹਨੇ ਲੋਕਾਂ ਦੇ ਬਹੁਤ ਜਵਾਕਾਂ ਨੂੰ ਵੀ ਡਰਾਉਂਦਾ ਰਹਿੰਦਾ ਹੈਗਾ, ਇਕੱਲਾ ਰਹਿੰਦਾ ਰਿਵੋਲਵਰ ਦੀ ਧਾਂਸ ਦੇ ਕੇ, ਹਰੇਕ ਦੇ ਕੰਨਾਂ ਲਾ ਕੇ ਹਰੇਕ ਨੂੰ ਗਾਲਾਂ ਗੂਲਾਂ ਕੱਢਦਾ ਰਹਿੰਦਾ, ਉਹ ਬਹੁਤ ਕੁਛ ਬੋਲਿਆ। ਫਾਇਰ ਤਾਂ ਜੀ ਪਹਿਲਾਂ ਫਾਇਰੇ ਦੇ ਪੱਟ 'ਚ ਵੱਜਿਆ, ਉਦੋਂ ਮੁੜ ਕੇ ਭਜਾ ਭਜਾ ਕੇ ਅਤੇ ਸਾਰਿਆਂ ਨੂੰ ਗਾਲਾਂ ਕੱਢੀਆਂ। ਉਦੋਂ ਬਾਅਦ ਵੀ ਉਹਨੇ ਤਿੰਨ ਚਾਰ ਫਾਇਰ ਬਾਅਦ 'ਚ ਕਰਿਆ ਗਿਆ। ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਸਰ, ਇਹ ਪਿੰਡ ਢਿੱਲਮਾਂ ਦੇ ਵਿੱਚ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਉੱਥੇ ਇੱਕ ਆਪਣੇ ਬਰਾੜ ਨਾਂ ਦੇ ਸਰਪੰਚ ਆ, ਜਗਿੰਦਰ ਸਿੰਘ ਬਰਾੜ ਨਾਂ ਦੇ ਵਿਅਕਤੀ ਨੇ ਗੋਲੀ ਚਲਾਈ ਆ, ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ। ਮੌਕੇ 'ਤੇ ਪਹੁੰਚਿਆ ਪਤਾ ਲੱਗਿਆ ਮੇਵਾ ਸਿੰਘ ਦੇ ਗੋਲੀ ਲੱਗੀ ਸੀ, ਜਿਹਨੂੰ ਸਿਵਲ ਹਸਪਤਾਲ ਬਰਨਾਲੇ ਦਾਖਲ ਕਰਾਇਆ ਗਿਆ। ਹੁਣ ਸਿਵਲ ਹਸਪਤਾਲ ਪਹੁੰਚਿਆ ਬਰਨਾਲੇ, ਜੋ ਵੀ ਔਨ ਰਿਕਾਰਡ ਇੰਜਰੀ ਦੇ ਹਿਸਾਬ ਨਾਲ ਜਾਂ ਬਿਆਨ ਹੋਇਆ ਉਹ ਕਾਰਵਾਈ ਕੀਤੀ ਜਾਊ ਕਾਨੂੰਨ ਅਨੁਸਾਰ। ਮੁੱਢਲੀ ਤਬਦੀਲੀ ਦੌਰਾਨ ਤਾਂ ਇੱਕ ਦੱਸ ਰਿਹਾ, ਹਾਲਤ ਠੀਕ ਹੈ, ਖਤਰ ਤੋਂ ਬਾਹਰ ਦੱਸ ਰਿਹਾ ਸਰ, ਹਜੇ ਪਹੁੰਚਿਆ, ਹਜੇ ਵੈਰੀਫਾਈ ਕਰ ਰਿਹਾ, ਵੈਰੀਫਾਈ ਕਰਨ ਉਪਰੰਤ ਜੋ ਤੱਥ ਸਾਹਮਣੇ ਆਉਣਗੇ ਉਸ ਨਾਲ ਕਾਰਵਾਈ ਕੀਤੀ ਜਾਊ।